ਤੇ ਹੁਣ ਕੀ ਕਹਿੰਦੀ ਆ ਫਿਰ ਕੀ ਸਾਈਨ ਆ ਰਹੇ ਆ ਜੀ ਇਸ ਵਾਰੀ ਅਜੇ ਤੱਕ ਤਾਂ ਜਿਹੜੇ ਦੇਖੋ ਅਜੇ ਤੱਕ ਤਾਂ ਹੁਣ ਜਿਹੜਾ ਆਹ ਸੀਜ਼ਨ ਹੈਗਾ ਆ ਆਫਟਰ ਸਕੂਲ ਸੀਜ਼ਨ ਹੈਗਾ ਆ ਜਾਂ ਜਿਹੜਾ ਤੁਹਾਡਾ ਸੋਰੀ ਆਫਟਰ ਸਕੂਲ ਕਹਿੰਦਾ ਬੈਕ ਟੂ ਸਕੂਲ ਸੀਜ਼ਨ ਹੈਗਾ ਆ ਉਸ ਤੋਂ ਬਾਅਦ ਜਿਹੜਾ ਤੁਹਾਡਾ ਅੱਗੇ ਹੋਲੀਡੇ ਸੀਜ਼ਨ ਹੈਗਾ ਆ ਇਹ ਡਰਾਈ ਫਰੇਟ ਦੇ ਉੱਤੇ ਜਿਹੜਾ ਆ ਡੈਫੀਨੇਟਲੀ ਯੂ ਨੋ ਗੱਲ ਉੱਥੇ ਜਾ ਕੇ ਮੁੱਕਣੀ ਆ ਕਿ ਡਰਾਈ ਫਰੇਟ ਨੂੰ ਕਿੰਨਾ ਕੁ ਫਰਕ ਪੈਂਦਾ ਹੈ ਸੀਜ਼ਨ ਦੇ ਨਾਲ ਕਿਉਂਕਿ ਜਿਹੜਾ ਰੀਫਰ ਫਰੇਟ ਹੈਗਾ ਆ ਰੀਫਰ ਫਰੇਟ ਕੈਲੀਫੋਰਨੀਆ ਦੇ ਵਿੱਚ ਉੱਥੇ ਆਲਮੋਸਟ ਜਿਹੜਾ ਪ੍ਰੋਡਿਊਸ ਹੈਗਾ ਆ ਉਹ ਇਸ ਵੇਲੇ ਮਗਰਲੇ ਥਾਵਾਂ ਤੇ ਹੈਗਾ ਸੋ ਇਸ ਕਰਕੇ ਇੱਥੋਂ ਜਿਹੜਾ ਪ੍ਰੋਡਿਊਸ ਦਾ ਕੰਮ ਹੈਗਾ ਉਹ ਤਾਂ ਅਗਲੇ ਸਾਲ ਤੇ ਹੁਣ ਜਾ ਪਿਆ ਹੈਗਾ ਕਿ ਅਗਲੇ ਸਾਲ ਜਿਹੜਾ ਮਾਰਚ ਅਪ੍ਰੈਲ ਮਹੀਨਾ ਹੈਗਾ ਉੱਥੇ ਚਲਾ ਗਿਆ ਸੋ ਬਾਕੀ ਜਿਹੜਾ ਲੋਕਲ ਹੈਗਾ ਕੰਮ ਉਹ ਸਾਰਾ ਡਿਪੈਂਡ ਕਰਦਾ ਹੈਗਾ ਪੋਰਟ ਦੇ ਉੱਤੇ ਤੇ ਪੋਰਟ ਤੇ ਵੀ ਆਪਾਂ ਦੇਖਦੇ ਹਾਂ ਵੀ ਇਸ ਵੇਲੇ ਜਹਾਜ਼ ਜਿਹੜੇ ਆ ਬਹੁਤ ਪੋਰਟ ਸੁੱਕੀ ਪਈ ਆ ਬਿਲਕੁਲ ਜਹਾਜ਼ ਜਿਹੜੇ ਆ ਲਿਮਿਟਿਡ ਹੈਗੇ ਆ ਜਿਹੜੇ ਅਨਲੋਡ ਹੋ ਰਹੇ ਆ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਐਕਚੁਲੀ ਇਸ ਵੇਲੇ ਸਟੇਬਲ ਦੀਆਂ ਹੈਗੀਆਂ ਡੋਂਟ ਨੋ ਕਿ ਇਸ ਤੋਂ ਥੱਲੇ ਜਾ ਸਕਦੀ ਆ ਪਰ ਡੈਫੀਨੇਟਲੀ ਹੁਣ ਚਾਂਸਿਸ ਹੈਗੇ ਆ ਕਿ ਜੇ ਆ ਵਧੀਆ ਸੀਜ਼ਨ ਲੱਗ ਜਾਂਦਾ ਆ ਪਰ ਅਗੇਨ ਉਸ ਤੋਂ ਬਾਅਦ ਆਪਾਂ ਨੂੰ ਉਹ ਵੀ ਪ੍ਰੋਬਲਮ ਆਉਂਦੀ ਆ ਕਿ ਸੀਜ਼ਨ ਵਧੀਆ ਲੱਗਣਾ ਤਾਂ ਆ ਜੇ ਲੋਕਾਂ ਦੀ ਜੇਬ 'ਚ ਪੈਸੇ ਹੈਗੇ ਆ ਤੇ ਲੋਕੀ ਖਰਚਣ ਨੂੰ ਰਾਜ਼ੀ ਹੈਗੇ ਆ ਜਿਹੜੀ ਜੇਬ 'ਚ ਹੈਗੇ ਆ ਉਹ ਖਰਚਣ ਨੂੰ ਰਾਜ਼ੀ ਜੀ ਸੋ ਜੋ ਸੋ ਫਾਰ ਅੱਜ ਦੀ ਜਿਹੜੀ ਰਿਪੋਰਟ ਆਈ ਆ ਉਹਦੇ ਮੁਤਾਬਕ ਇਸ ਸਾਲ ਦੇ ਵਿੱਚ ਟਰੈਕਿੰਗ ਉੱਪਰ ਨਹੀਂ ਜਾ ਰਿਹਾ ਸਰੋਤਿਆਂ ਨੂੰ ਇੱਕ ਵਾਰ ਦੱਸਦੀ ਜਾਈਏ ਜੇ ਤੁਹਾਡਾ ਕੁਐਸਚਨ ਹੈਗਾ ਟਰੈਕਿੰਗ ਦੇ ਸੰਬੰਧ ਦੇ ਵਿੱਚ ਟਰੈਕਿੰਗ ਨਾਲ ਰਿਲੇਟਡ ਇਕਨੋਮੀ ਦੇ ਸੰਬੰਧ ਦੇ ਵਿੱਚ ਤਾਂ ਤੁਸੀਂ ਕਾਲ ਕਰ ਸਕਦੇ ਹੋ 408-272-5200 ਤੇ ਸੋ ਅੱਜ ਇੱਕ ਰਿਪੋਰਟ ਆਈ ਆ ਉਹਦੇ ਮੁਤਾਬਕ ਇਹ ਕਿਹਾ ਗਿਆ ਵੀ ਹਰਜੋਤ ਸਿੰਘ ਜੀ ਆਪਾਂ ਰਿਪੋਰਟ ਨੂੰ ਆਪਾਂ ਬਾਅਦ ਚ ਡਿਸਕਸ ਕਰਦੇ ਹਾਂ ਆਪਣੇ ਨਾਲ ਕੈਨੇਡਾ ਤੋਂ ਆਪਣੇ ਇੱਕ ਕਾਲਰ ਜੁੜੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਗੁਰਜੀਤ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਭਾਜੀ ਗੁਰਜੀਤ ਬੋਲਦਾ ਇੱਥੇ ਬ੍ਰੈਂਪਟਨ ਤੋਂ ਜੀ ਮੈਂ ਬਹੁਤ ਲੰਬੇ ਟਾਈਮ ਤੋਂ 10-12 ਸਾਲ ਤੋਂ ਤੁਹਾਡੇ ਨਾਲ ਜੁੜਿਆ ਜੀ ਲਗਾਤਾਰ ਹੀ ਸੁਣਦਾ ਤੁਹਾਨੂੰ ਤੇ ਭਾਜੀ ਤੁਸੀਂ ਗੱਲ ਕਰਦੇ ਸੀ ਲੋਡਾਂ ਦੀ ਅਸੀਂ ਟੈਕਸਸ ਨੂੰ ਆਉਂਦੇ ਤਾਂ ਲਰੀਟੋ ਨੂੰ ਹਨਾ ਜੀ ਠੀਕ ਹੈ ਸਾਨੂੰ ਡੈਲਸ ਲਰੀਟੋ ਹੂਸਟਨ ਦੋ ਦੋ ਤਿੰਨ ਤਿੰਨ ਦਿਨ ਵੀ ਬਹਿਣਾ ਪੈ ਰਿਹਾ ਜੀ ਵਾਪਸੀ ਲੋਡ ਨੀ ਮਿਲਦੀ ਬਾਕੀ ਭਾਜੀ ਜਿਹੜੇ ਨਾ ਤੁਸੀਂ ਕੈਨੇਡਾ ਵਾਲਿਆਂ ਨੂੰ ਟਰੈਕਿੰਗ ਜਾਂ ਬਿਜ਼ਨਸਮੈਨ ਕਹਿੰਦੇ ਆ ਇਹ ਭਾਜੀ ਬਿਜ਼ਨਸਮੈਨ ਨਹੀਂ ਹੈ ਕਿ ਇਹ ਡਰੱਗ ਡੀਲਰ ਹੈ ਜੀ ਸਾਡੇ ਦਾ ਉਹ ਤੁਹਾਡੀ ਪਰਿਭਾਸ਼ਾ ਹਾਂਜੀ ਸਾਡੇ ਜੀ ਨਾਂ ਇੱਥੇ ਕੋਈ ਚੱਜ ਦਾ ਮੀਡੀਆ ਆ ਇਹਨਾਂ ਨੂੰ ਆਪਾਂ ਮੀਡੀਆ ਵਾਲੇ ਵੀ ਨੀ ਕਹਿ ਸਕਦੇ ਵੀ ਆਪਣਾ ਪਰਸਨਲੀ ਬਿਜ਼ਨਸ ਆ ਜੀ ਇਹਨਾਂ ਦਾ ਹਨਾ ਤੇ ਨਾ ਇਹ ਬਿਜ਼ਨਸਮੈਨ ਟਰੱਕਿੰਗ 50% ਦਾ ਸਾਡੇ ਡਰੱਗ ਦੇ ਸਿਰ ਤੇ ਡਿੱਗੀ ਹੋ ਜੀ ਹੁਣ ਇਹਨਾਂ ਦੀਆਂ ਚੀਕਾਂ ਨਿਕਲੀਆਂ ਜੀ ਜਿਹੜੇ ਅਸੀਂ ਪੁਰਾਣੇ ਬੰਦੇ ਕਰਾਉਣੇ ਨੀ ਸਾਡਾ ਵੀ ਬੁਰਾ ਹਾਲ ਕੀਤਾ ਹੈ ਜੀ ਮਹਿੰਗਾਈ ਕਰ ਕਰਕੇ ਜੀ ਧੂੰਆਂ ਨਿਕਲਿਆ ਪਿਆ ਜੀ ਸਾਰਿਆਂ ਦਾ ਇਹਨਾਂ ਨੇ ਜੀ ਪਿਛਲੇ ਨਾ ਅਸੀਂ 1,80,000 ਡਾਲਰ ਦੇ ਟਰੱਕ ਲਏ ਸੀ 19 ਦੇ ਵਿੱਚ ਇਹਨਾਂ ਨੇ ਕੀ ਕੀਤਾ 2,60,000 ਦਾ ਟਰੱਕ ਕਰਤਾ ਜੀ ਸਾਡੇ ਇੱਥੇ ਕੈਨੇਡਾ ਚ ਇਹਨੀ 50-50, 40-40 ਇਕੱਠੇ ਟਰੱਕ ਬੁੱਕ ਕਰਾ ਲਿਆ ਜੀ ਸਾਡੇ ਜਿਹੜੇ ਇੱਕ ਬੰਦਾ ਇੱਕ ਟਰੱਕ ਲੈ ਕੇ ਚਲਾਉਂਦਾ ਜੀ ਉਹਨੂੰ ਲੈਣੇ ਨੀ ਦਿੱਤਾ ਟਰੱਕ ਜੀ